ਡਾਕਟਰਾਂ ਵੱਲੋਂ ਸਰਜਰੀ ਦੌਰਾਨ ਫੌਜੀਆਂ ਦੇ ਸਰੀਰ ਵਿੱਚੋਂ ਗੋਲੀਆਂ ਕੱਢੇ ਜਾਣ ਦੀਆਂ ਖਬਰਾਂ ਤਾਂ ਅਸੀਂ ਅਕਸਰ ਹੀ ਸੁਣੀਆਂ ਨੇ ਕਿ ਕਿਸੇ ਦੇ ਸਰੀਰ ਵਿੱਚੋਂ 4 ਗੋਲੀਆਂ ਨਿਕਲੀਆਂ ਨੇ, ਕਿਸੇ ਦੇ ਸਰੀਰ ਵਿੱਚੋਂ 10 ਗੋਲੀਆਂ ਕੱਢੀਆਂ ਨੇ ਅਤੇ ਫਿਰ ਵੀ ਬੰਦਾ ਜਿੰਦਾ ਬਚ ਗਿਆ। ਪਰ ਹੁਣ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਬਾਰੇ ਤੁਸੀਂ ਸ਼ਾਇਦ ਪਹਿਲਾਂ ਕਦੇ ਨਹੀਂ ਸੁਣਿਆ ਹੋਵੇਗਾ। ਦਰਅਸਲ ਡਾਕਟਰਾਂ ਵੱਲੋਂ ਇੱਕ ਫੌਜੀ ਦੀ ਸਰਜਰੀ ਕੀਤੀ ਗਈ ਤਾਂ ਡਾਕਟਰਾਂ ਨੇ ਉਸ ਦੀ ਛਾਤੀ ਵਿੱਚ ਫਸਿਆ ਹੋਇਆ ਇੱਕ ਜਿੰਦਾ ਗ੍ਰਨੇਡ ਕੱਢਿਆ ਹੈ। ਪੂਰੀ ਦੁਨੀਆ ਵਿੱਚ ਇਸ ਅਨੋਖੀ ਸਰਜਰੀ ਦੀ ਚਰਚਾ ਪੂਰੇ ਜ਼ੋਰਾਂ ਦੇ ਉੱਪਰ ਚੱਲ ਰਹੀ ਹੈ। ਪੂਰੀ ਖਬਰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿ ਆਖਿਰਕਾਰ ਇਹ ਮਾਮਲਾ ਕੀ ਹੈ, ਤਾਂ ਦੇਖੋ ਇਹ ਸਾਡੀ ਖਾਸ ਰਿਪੋਰਟ। ਦਰਅਸਲ ਇਹ ਖਬਰ ਯੂਕਰੇਨ ਤੋਂ ਸਾਹਮਣੇ ਆਈ ਹੈ ਜਿੱਥੋਂ ਦੇ ਮਿਲਟਰੀ ਡਾਕਟਰਾਂ ਵੱਲੋਂ ਇੱਕ ਫੌਜੀ ਦੀ ਛਾਤੀ ਵਿੱਚੋਂ ਸਰਜਰੀ ਕਰਕੇ ਇੱਕ ਛੋਟਾ ਜਿਹਾ ਗ੍ਰਨੇਡ ਸਫਲਤਾਪੂਰਵਕ ਕੱਢਿਆ ਗਿਆ ਜੋ ਬਿਨਾਂ ਫਟੇ ਫੌਜੀ ਜਵਾਨ ਦੀ ਛਾਤੀ ਵਿੱਚ ਫਸਿਆ ਹੋਇਆ ਸੀ। ਮਾਹਿਰਾਂ ਦੇ ਅਨੁਸਾਰ ਇਹ ਇੱਕ ਵੋਗ ਫਰੈਗਮੈਂਟੇਸ਼ਨ ਗ੍ਰਨੇਡ ਸੀ ਜੋ ਇੱਕ ਲਾਂਚਰ ਤੋਂ ਫਾਇਰ ਕੀਤਾ ਜਾਂਦਾ ਹੈ। ਇਸ ਗ੍ਰਨੇਡ ਦੀ ਵਰਤੋਂ ਕਿਸੇ ਵਿਅਕਤੀ ਜਾਂ ਹਲਕੇ ਹਥਿਆਰਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾਂਦੀ ਹੈ। ਯੂਕਰੇਨ ਦੇ ਉਪ ਰੱਖਿਆ ਮੰਤਰੀ ਹੈਨਾ ਮਲਾਰ ਨੇ ਇਸ ਅਨੋਖੀ ਸਰਜਰੀ ਬਾਰੇ ਦੱਸਦਿਆਂ ਇਸ ਨੂੰ ਬੇਹੱਦ ਖੁਸ਼ੀ ਵਾਲੀ ਘਟਨਾ ਕਰਾਰ ਦਿੱਤਾ। ਉਹਨਾਂ ਆਪਣੇ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ, ਦਿਲ ਦਾ ਹਰ ਜ਼ਖਮ ਘਾਤਕ ਨਹੀਂ ਹੁੰਦਾ। ਜਾਣਕਾਰੀ ਅਨੁਸਾਰ ਇਸ ਗ੍ਰਨੇਡ ਨੂੰ 2 ਫੌਜੀ ਵਿਸਫੋਟਕ ਮਾਹਿਰਾਂ ਦੀ ਨਿਗਰਾਨੀ ਹੇਠ ਕੱਢਿਆ ਗਿਆ। ਮਾਹਿਰਾਂ ਨੇ ਮੈਡੀਕਲ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਅਤੇ ਵਿਸਫੋਟਕ ਨੂੰ ਚੱਲਣ ਤੋਂ ਰੋਕਣ ਲਈ ਸਮੇਂ-ਸਮੇਂ ਤੇ ਉਹਨਾਂ ਨੂੰ ਹਦਾਇਤਾਂ ਦਿੱਤੀਆਂ। ਇਹ ਆਪਰੇਸ਼ਨ ਇੱਕ ਫੌਜੀ ਸਰਜਨ ਐਂਡਰੀ ਵਰਵਾ ਵੱਲੋਂ ਕੀਤਾ ਗਿਆ ਸੀ। ਇਸ 57 ਸਾਲਾ ਡਾਕਟਰ ਨੂੰ ਯੂਕਰੇਨ ਦੀ ਫੌਜ ਵਿੱਚ ਸਭ ਤੋਂ ਕਾਬਲ ਡਾਕਟਰ ਮੰਨਿਆ ਜਾਂਦਾ ਹੈ। ਰੂਸੀ ਬੋਗ ਫਰੈਗਮੈਂਟੇਸ਼ਨ ਗ੍ਰਨੇਡ ਸਿਪਾਹੀ ਦੇ ਸਰੀਰ ਵਿੱਚ ਵੱਜਿਆ ਸੀ ਜਿਸ ਦਾ ਵਿਆਸ 4 ਸੈਂਟੀਮੀਟਰ ਸੀ ਅਤੇ ਉਸ ਦਾ ਭਾਰ 275 ਗ੍ਰਾਮ ਸੀ। ਇਸ ਸਰਜਰੀ ਨੂੰ ਆਮ ਸਰਜਰੀਆਂ ਤੋਂ ਹਟ ਕੇ ਸੁਰੱਖਿਆ ਦੇ ਮੱਦੇਨਜ਼ਰ ਬਦਲਿਆ ਗਿਆ ਸੀ। ਜਾਣਕਾਰੀ ਦੇ ਅਨੁਸਾਰ ਬੋਗ ਗ੍ਰਨੇਡ ਪਹਿਲੀ ਵਾਰ 1960 ਦੇ ਦਹਾਕੇ ਵਿੱਚ USSR ਵਿੱਚ ਵਿਕਸਿਤ ਕੀਤੇ ਗਏ ਸਨ ਜਿਨ੍ਹਾਂ ਦੀ ਵਰਤੋਂ ਕਈ ਕਿਸਮ ਦੇ ਗ੍ਰਨੇਡ ਲਾਂਚਰਾਂ ਰਾਹੀਂ ਲੜਾਈ ਵਿੱਚ ਕੀਤੀ ਜਾਂਦੀ ਹੈ ਅਤੇ ਇਹਨਾਂ ਦੀ ਰੇਂਜ 400 ਮੀਟਰ ਤੱਕ ਹੁੰਦੀ ਹੈ। ਯੂਕਰੇਨੀ ਫੌਜ ਦਾ ਦਾਅਵਾ ਹੈ ਕਿ 2014 ਵਿੱਚ ਪੂਰਬੀ ਯੂਕਰੇਨ ਵਿੱਚ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਇਹ ਹਥਿਆਰ ਉਹਨਾਂ ਦੇ ਵਿਰੁੱਧ ਵਰਤੇ ਗਏ ਸੀ ਜਿਸ ਵਿੱਚ ਮਨੁੱਖ ਰਹਿਤ ਡਰੋਨਾਂ ਦੀ ਵਰਤੋਂ ਵੀ ਸ਼ਾਮਲ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਬੋਗ ਗ੍ਰਨੇਡ ਲਾਂਚ ਕਰਨ ਤੋਂ 20 ਸਕਿੰਟਾਂ ਬਾਅਦ ਹੀ ਫਟ ਜਾਂਦਾ ਹੈ, ਪਰ ਇਸ ਫੌਜੀ ਦੀ ਕਿਸਮਤ ਚੰਗੀ ਰਹੀ ਕਿ ਅਜਿਹਾ ਨਹੀਂ ਹੋਇਆ। ਯੂਕਰੇਨ ਸਮੇਤ ਦੁਨੀਆ ਭਰ ਦੇ ਫੌਜੀ ਮਾਹਿਰ ਇਸ ਗੱਲ ਤੋਂ ਹੈਰਾਨ ਨੇ ਕਿ ਬਿਨਾਂ ਫਟੇ ਕਿਵੇਂ ਰਹਿ ਗਿਆ। ਇਸ ਫੌਜੀ ਦੇ ਨਾਮ ਬਾਰੇ ਨਹੀਂ ਦੱਸਿਆ ਗਿਆ, ਪਰ ਇਸ ਦੀ ਉਮਰ ਮਹਿਜ 28 ਸਾਲ ਦੱਸੀ ਜਾ ਰਹੀ ਹੈ। ਕੁਝ ਮੈਡੀਕਲ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਆਪਣੇ ਆਪ ਵਿੱਚ ਅਨੋਖੀ ਸਰਜਰੀ ਹੈ ਜਿਸ ਦਾ ਜ਼ਿਕਰ ਆਉਣ ਵਾਲੇ ਸਮੇਂ ਵਿੱਚ ਮੈਡੀਕਲ ਪਾਠ ਪੁਸਤਕਾਂ ਦੇ ਵਿੱਚ ਵੀ ਹੋ ਸਕਦਾ ਹੈ। ਬਿਊਰੋ ਰਿਪੋਰਟ, ਹਮਦਰਦ ਟੀਵੀ।